ਸਤਿ ਸ਼੍ਰੀ ਅਕਾਲ, ਵੈਲਕਮ ਟੂ ਮਾਈ ਯੂਟਿਊਬ ਚੈਨਲ ਪੋਟੈਂਸ਼ੀਅਲ ਮਾਈਂਡ। ਅੱਜ ਮੈਂ ਤੁਹਾਡੇ ਲਈ ਫੇਮਸ ਯੂਟਿਊਬਰ ਸ਼ਵੇਤਾਬ ਗੰਗਵਾਰ ਦੀ ਲਿਖੀ ਹੋਈ ਬੁੱਕ ਦ ਰੂਡੈਸਟ ਬੁੱਕ ਐਵਰ ਦੀ ਸਮਰੀ ਲੈ ਕੇ ਆਈ ਹਾਂ, ਜਿਨ੍ਹਾਂ ਨੇ ਆਪਣੀ ਲਾਈਫ ਵਿੱਚ ਬਹੁਤ ਸਾਰੇ ਲੋਕਾਂ ਦੀ ਹੈਲਪ ਕੀਤੀ ਹੈ ਤੇ ਇਹ ਸਿੱਖਿਆ ਹੈ ਕਿ ਪ੍ਰੋਬਲਮਸ ਤਾਂ ਹਰ ਇੱਕ ਦੀ ਲਾਈਫ 'ਚ ਹੁੰਦੀਆਂ ਨੇ, ਪਰ ਜੋ ਲੋਕੀ ਆਪਣੀ ਲਾਈਫ ਨੂੰ ਆਪਣੇ ਅਸੂਲਾਂ ਤੇ ਜੀਂਦੇ ਨੇ, ਉਹਨਾਂ ਦਾ ਪ੍ਰੋਬਲਮਸ ਵੀ ਕੁਛ ਨਹੀਂ ਵਿਗਾੜ ਸਕਦੀ। ਤੇ ਅੱਜ ਉਹਨਾਂ ਦੀ ਬੁੱਕ ਵਿੱਚੋਂ ਮੈਂ ਕੁਝ ਮੇਨ ਪ੍ਰਿੰਸੀਪਲਸ ਨੂੰ ਤੁਹਾਡੇ ਨਾਲ ਡਿਸਕਸ ਕਰਾਂਗੀ, ਜਿਨ੍ਹਾਂ ਵਿੱਚੋਂ ਫਸਟ ਪੁਆਇੰਟ ਹੈ ਪੀਪਲ ਆਰ ਵੀਅਰਡ। ਜਦੋਂ ਆਪਾਂ ਕਿਸੇ ਪਪੀ ਨੂੰ ਦੇਖਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਕਿਊਟਨੈਸ ਦਾ ਸਿਗਨਲ ਆਉਂਦਾ ਤੇ ਸਾਨੂੰ ਲੱਗਦਾ ਕਿ ਇਹ ਸਾਡੇ ਨਾਲ ਖੇਲੇਗਾ, ਤੇ ਜਦੋਂ ਆਪਾਂ ਕਿਸੇ ਸ਼ੇਰ ਨੂੰ ਦੇਖਦੇ ਹਾਂ ਉਦੋਂ ਆਪਣੇ ਦਿਮਾਗ ਵਿੱਚ ਡੇਂਜਰ ਦਾ ਸਿਗਨਲ ਆਉਂਦਾ ਤੇ ਸਾਨੂੰ ਲੱਗਦਾ ਕਿ ਇਹ ਸਾਡੇ ਤੇ ਅਟੈਕ ਕਰੇਗਾ। ਸਾਡੇ ਦਿਮਾਗ ਵਿੱਚ ਇਹਨਾਂ ਦੋਨਾਂ ਜਾਨਵਰਾਂ ਦੀ ਇੱਕ ਛਵੀ ਬਣੀ ਹੋਈ ਹੈ, ਇਦਾਂ ਹੀ ਆਪਣੇ ਦਿਮਾਗ ਵਿੱਚ ਲੋਕਾਂ ਬਾਰੇ ਇੱਕ ਛਵੀ ਬਣੀ ਹੁੰਦੀ ਹੈ। ਜੇ ਕੋਈ ਤੁਹਾਡੇ ਨਾਲ ਵਧੀਆ ਬਿਹੇਵ ਕਰਦਾ ਤਾਂ ਉਹ ਸਾਡੇ ਲਈ ਚੰਗਾ ਹੈ, ਤੇ ਜੇ ਕੋਈ ਸਾਨੂੰ ਰਿਜੈਕਟ ਕਰ ਦੇਵੇ ਜਾਂ ਸਾਡੇ ਨਾਲ ਮਾੜਾ ਬਿਹੇਵ ਕਰੇ ਤਾਂ ਉਹ ਬੁਰਾ ਹੈ। ਅੱਛਾ, ਮੰਨ ਲਓ ਕਿ ਤੁਹਾਡੇ ਨਾਲ ਇੱਕ ਛੋਟਾ ਜਿਹਾ ਬੱਚਾ ਹੈ ਜੋ ਤੁਹਾਨੂੰ ਪੁੱਛਦਾ ਕਿ ਲੋਕੀ ਹੁੰਦੇ ਕਿੱਦਾਂ ਦੇ ਨੇ, ਤੁਸੀਂ ਕਹੋਗੇ ਨਾ ਲੋਕੀ ਪੂਰੀ ਤਰ੍ਹਾਂ ਚੰਗੇ ਹੁੰਦੇ ਨੇ ਤੇ ਨਾ ਮਾੜੇ, ਫਿਰ ਬੱਚਾ ਕੰਫਿਊਜ਼ ਹੋ ਜਾਏਗਾ। ਫਿਰ ਤੁਸੀਂ ਕਹੋਗੇ ਲੋਕੀ ਕੰਪਲੀਕੇਟਡ ਹੁੰਦੇ ਨੇ, ਉਹਨਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ, ਪਰ ਬੱਚਾ ਤਾਂ ਸਮਝਣਾ ਚਾਹੁੰਦਾ ਤੇ ਇਹ ਸਟੇਟਮੈਂਟ ਉਹਦੀ ਹੈਲਪ ਨਹੀਂ ਕਰੇਗੀ। ਤੁਹਾਡੇ ਹਿਸਾਬ ਨਾਲ ਜੇ ਤੁਸੀਂ ਇਹ ਕਹੋਗੇ ਕਿ ਦੁਨੀਆ ਬਹੁਤ ਚੰਗੀ ਹੁੰਦੀ ਹੈ ਤਾਂ ਉਹ ਐਕਸਟਰਾ ਪੋਜ਼ਿਟਿਵ ਹੋ ਜਾਏਗਾ, ਜੇ ਤੁਸੀਂ ਕਹੋਗੇ ਦੁਨੀਆ ਬਹੁਤ ਮਾੜੀ ਹੁੰਦੀ ਹੈ ਇਹ ਤੁਹਾਡੇ ਹਿਸਾਬ ਨਾਲ ਐਕਸਟਰਾ ਨੈਗੇਟਿਵ ਹੋ ਜਾਏਗਾ। ਤਾਂ ਤੁਸੀਂ ਇਹ ਦੋਵਾਂ ਦੇ ਵਿੱਚ ਵਾਲਾ ਰਸਤਾ ਚੁਣੋ ਕਿ ਲੋਕੀ ਅਜੀਬ ਹੁੰਦੇ ਨੇ, ਵੀਅਰਡ। ਇਹ ਨਾ ਹੀ ਨੈਗੇਟਿਵ ਵਰਡ ਹੈ ਤੇ ਨਾ ਹੀ ਬਹੁਤਾ ਪੋਜ਼ਿਟਿਵ। ਲੋਕ ਇੰਟਰਨੈਟ ਤੇ ਅਕਸਰ ਹੀ ਆਪਣੇ ਆਪ ਨੂੰ ਵੀਅਰਡ ਲਿਖਦੇ ਨੇ ਇਹ ਸੋਚ ਕੇ ਕਿ ਲੋਕੀ ਅਜੀਬ ਹੁੰਦੇ ਨੇ, ਤੁਸੀਂ ਉਹਨਾਂ ਨੂੰ ਜੱਜ ਨਹੀਂ ਕਰੋਗੇ ਤੇ ਨਾ ਹੀ ਉਹਨਾਂ ਤੋਂ ਕੋਈ ਉਮੀਦ ਰੱਖੋਗੇ, ਤੇ ਕੱਲ ਨੂੰ ਜੇ ਉਹ ਤੁਹਾਨੂੰ ਰਿਜੈਕਟ ਕਰ ਵੀ ਦਿੰਦੇ ਨੇ ਜਾਂ ਤੁਹਾਡੇ ਨਾਲ ਮਾੜਾ ਬਿਹੇਵ ਕਰ ਵੀ ਦਿੰਦੇ ਨੇ ਤਾਂ ਤੁਹਾਨੂੰ ਇਸ ਨਾਲ ਕੋਈ ਫਰਕ ਵੀ ਨਹੀਂ ਪਏਗਾ। ਕਿਤੋਂ ਰਿਜੈਕਟ ਹੋਣਾ, ਫੇਲ ਹੋਣਾ ਜਾਂ ਕਿਸੇ ਨੂੰ ਆਪਣੀ ਲਾਈਫ 'ਚੋਂ ਖੋ ਦੇਣਾ, ਇਹ ਜ਼ਿੰਦਗੀ ਦਾ ਹਿੱਸਾ ਹੈ। ਜੇ ਤੁਹਾਨੂੰ ਅੱਗੇ ਵਧਣਾ ਹੈ ਤਾਂ ਤੁਹਾਨੂੰ ਆਪਣਾ ਨਜ਼ਰੀਆ ਬਦਲਣਾ ਹੀ ਪਏਗਾ। ਤੁਸੀਂ ਭਾਵੇਂ ਜੀਨੀਅਸ ਹੋ, ਅਮੀਰ ਹੋ, ਗਰੀਬ ਹੋ, ਤੁਸੀਂ ਸੋਹਣੇ ਹੋ ਜਾਂ ਤਾਕਤਵਰ ਹੋ, ਲਾਈਫ 'ਚ ਕਦੇ ਨਾ ਕਦੇ ਘੱਟੋ ਘੱਟ ਇੱਕ ਵਾਰੀ ਹਰ ਬੰਦੇ ਨੂੰ ਰਿਜੈਕਟ ਜ਼ਰੂਰ ਕੀਤਾ ਜਾਂਦਾ, ਭਾਵੇਂ ਜੌਬ 'ਚੋਂ ਜਾਂ ਵੈਸੇ। ਤੇ ਫਿਰ ਆਮ ਬੰਦਾ ਇਹਨਾਂ ਵਿੱਚੋਂ ਤਿੰਨ ਚੀਜ਼ਾਂ ਕਰਦਾ। ਫਸਟ, ਤੁਸੀਂ ਮੰਨ ਲੈਂਦੇ ਹੋ ਕਿ ਤੁਸੀਂ ਸੱਚਿਓ ਕਿਸੇ ਕੰਮ ਦੇ ਨਹੀਂ ਹੋ। ਸੈਕਿੰਡ, ਤੁਸੀਂ ਦੂਜਿਆਂ ਤੇ ਦੋਸ਼ ਮਥਣਾ ਸ਼ੁਰੂ ਕਰ ਦਿੰਦੇ ਹੋ ਕਿ ਦੁਨੀਆ ਤਾਂ ਹੈ ਹੀ ਬੜੀ ਖਰਾਬ। ਥਰਡ, ਤੁਸੀਂ ਬਦਲਾ ਲੈਣ ਤੇ ਆ ਜਾਂਦੇ ਹੋ ਕਿ ਹੁਣ ਮੈਂ ਤੈਨੂੰ ਕੁਝ ਬਣ ਕੇ ਦਿਖਾਉਂਗਾ, ਪ੍ਰੂਫ ਕਰੂੰਗਾ ਕਿ ਮੈਂ ਕਿਸ ਕਾਬਿਲ ਹਾਂ। ਹੁਣ ਇਹਨਾਂ ਤਿੰਨਾਂ ਵਿੱਚੋਂ ਜਿਹੜਾ ਲਾਸਟ ਪੁਆਇੰਟ ਹੈ ਉਹ ਲੱਗਦਾ ਤਾਂ ਬੜੀ ਸਮਝਦਾਰੀ ਵਾਲੀ ਗੱਲ ਹੈ, ਪਰ ਹੈ ਨਹੀਂ, ਕਿਉਂਕਿ ਤੁਸੀਂ ਸਕਸੈਸਫੁਲ ਤੇ ਹੋਣਾ ਚਾਹੁੰਦੇ ਹੋ ਪਰ ਸਿਰਫ ਦੂਜਿਆਂ ਨੂੰ ਦਿਖਾਉਣ ਲਈ, ਉਹ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਧੇਲੇ ਦਾ ਵੀ ਫਰਕ ਨਹੀਂ ਪੈਂਦਾ। ਤੇ ਰੀਅਲ ਲਾਈਫ ਵਿੱਚ ਜੋ ਲੋਕੀ ਸੱਚੀ ਸਕਸੈਸਫੁਲ ਹੁੰਦੇ ਨੇ ਉਹ ਲੋਕੀ ਨੇ ਜੋ ਖੁਦ ਨੂੰ ਪ੍ਰੂਫ ਕਰਦੇ ਨੇ, ਸੈਲਫ ਸੈਟੀਸਫੈਕਸ਼ਨ ਲਈ ਮਿਹਨਤ ਕਰਦੇ ਨੇ, ਨਾ ਕਿ ਆਪਣੀ ਐਕਸ ਜਾਂ ਰਿਸ਼ਤੇਦਾਰਾਂ ਨੂੰ ਦਿਖਾਉਣ ਲਈ। ਸੈਕਿੰਡ ਪੁਆਇੰਟ ਹੈ ਡੋਂਟ ਸੀਕ ਅਪਰੂਵਲ। ਜਦੋਂ ਆਪਾਂ ਛੋਟੇ ਹੁੰਦੇ ਹਾਂ ਤਾਂ ਆਪਣੇ ਵੱਡਿਆਂ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੁੰਦੇ ਹਾਂ, ਉਹੀ ਸਾਨੂੰ ਦੱਸਦੇ ਆ ਕੀ ਗਲਤ ਹੈ ਤੇ ਕੀ ਨਹੀਂ, ਤੇ ਆਪਾਂ ਕਿਸ ਕਾਬਿਲ ਹੈਗੇ ਹਾਂ ਤੇ ਕਿਸ ਕਾਬਿਲ ਨਹੀਂ। ਫੋਰ ਐਗਜ਼ਾਮਪਲ, ਤੁਸੀਂ ਕੋਈ ਐਗਜ਼ਾਮ ਦਿੱਤਾ, ਤੁਹਾਨੂੰ ਪਤਾ ਹੈ ਕਿ ਤੁਸੀਂ ਮਿਹਨਤ ਕੀਤੀ ਹੈ ਇਸ ਲਈ ਤੁਹਾਡੇ ਨੰਬਰ ਵਧੀਆ ਆਏਗੇ, ਪਰ ਫਿਰ ਵੀ ਤੁਸੀਂ ਵੇਟ ਕਰਦੇ ਹੋ ਕਿ ਟੀਚਰ ਤੁਹਾਡੀ ਤਾਰੀਫ ਕਰੂਗੀ, ਕਿਉਂਕਿ ਤੁਹਾਡੇ ਲਈ ਆਪਣੀ ਸੈਲਫ ਸੈਟੀਸਫੈਕਸ਼ਨ ਤੋਂ ਜ਼ਿਆਦਾ, ਆਪਣੀ ਮਨ ਦੀ ਸੰਤੁਸ਼ਟੀ ਤੋਂ ਜ਼ਿਆਦਾ ਦੂਜਿਆਂ ਦੀ ਤਾਰੀਫ ਸੁਣਨਾ ਜ਼ਿਆਦਾ ਜ਼ਰੂਰੀ ਹੈ। ਤੇ ਜੇ ਟੀਚਰ ਤਾਰੀਫ ਨਾ ਕਰੇ ਫਿਰ, ਮਤਲਬ ਆਪਾਂ ਟੀਚਰ ਨੂੰ ਪਾਵਰ ਦੇ ਦਿੱਤੀ ਕਿ ਤੁਸੀਂ ਦੱਸੋ ਮੈਂ ਇਹਨਾਂ ਨੰਬਰਾਂ ਦੇ ਕਾਬਿਲ ਸੀ ਕਿ ਨਹੀਂ। ਆਪਾਂ ਸਾਰੇ ਵੱਡੇ ਤਾਂ ਹੋ ਜਾਂਦੇ ਹਾਂ ਪਰ ਆਪਣੀ ਆਦਤ ਉਹੀ ਰਹਿੰਦੀ ਹੈ, ਆਪਾਂ ਦੂਜਿਆਂ ਦੇ ਅਪਰੂਵਲ ਤੇ ਡਿਪੈਂਡ ਹੋ ਜਾਂਦੇ ਹਾਂ। ਹੁਣ ਆਪਾਂ ਸਭ ਨੂੰ ਲਾਈਫ 'ਚ ਕੁਝ ਕਰਨਾ ਤਾਂ ਹੈ ਪਰ ਪਤਾ ਨਹੀਂ ਹੁੰਦਾ ਕੀ ਕਰਨਾ ਤੇ ਕਿਵੇਂ, ਆਪਾਂ ਦੂਜਿਆਂ ਤੋਂ ਸਲਾਹ ਮੰਗਦੇ ਹਾਂ ਤੇ ਫਿਰ ਉਹੀ ਕਰਨ ਲੱਗ ਜਾਂਦੇ ਹਾਂ ਜੋ ਉਹਨਾਂ ਨੂੰ ਪਸੰਦ ਹੈ, ਤੇ ਇਦਾਂ ਕਰਦੇ ਕਰਦੇ ਆਪਾਂ ਆਪਣੇ ਆਪ ਦੀ ਆਈਡੈਂਟੀ ਨੂੰ ਖੋ ਦਿੰਦੇ ਹਾਂ ਜੋ ਕਿ ਸਹੀ ਨਹੀਂ। ਥਰਡ ਪੁਆਇੰਟ ਹੈ ਚੂਜ਼ ਸੈਟੀਸਫੈਕਸ਼ਨ ਨਾਟ ਹੈਪੀਨੈਸ। ਆਪਣੇ ਸਭ ਦਾ ਮੈਕਸਿਮਮ ਕੰਮ ਕਰਨ ਦਾ ਰੀਜ਼ਨ ਹੁੰਦਾ ਹੈ ਹੈਪੀਨੈਸ। ਆਪਾਂ ਕਦੇ ਵੀ ਸੈਟੀਸਫੈਕਸ਼ਨ ਜਾਂ ਮਨ ਦੀ ਤਸੱਲੀ ਲਈ ਕੰਮ ਨਹੀਂ ਕਰਦੇ ਤੇ ਨਾ ਹੀ ਆਪਾਂ ਨੂੰ ਅੱਜ ਤੱਕ ਇਹ ਸਮਝ ਲੱਗੀ ਹੈ ਕਿ ਸੰਤੁਸ਼ਟੀ ਤੇ ਖੁਸ਼ੀਆਂ, ਮਤਲਬ ਸੈਟੀਸਫੈਕਸ਼ਨ ਅਤੇ ਹੈਪੀਨੈਸ ਦੇ ਵਿੱਚ ਡਿਫਰੈਂਸ ਕੀ ਹੈ। ਤੁਸੀਂ ਆਪਣੇ ਫਰੈਂਡਸ ਦੇ ਨਾਲ ਬਾਹਰ ਹੈਂਗ ਆਊਟ ਤੇ ਜਾਂਦੇ ਹੋ, ਮੂਵੀ ਦੇਖਦੇ ਹੋ, ਗੇੜੀਆਂ ਕੱਢਦੇ ਹੋ, ਪਾਰਟੀਜ਼ ਤੇ ਜਾਂਦੇ ਹੋ ਜਾਂ ਟਾਈਮ ਸਪੈਂਡ ਕਰਨ ਲਈ ਕਿਤੇ ਬਾਹਰ ਜਾਂਦੇ ਹੋ ਤੇ ਤੁਹਾਨੂੰ ਲੱਗਦਾ ਕਿ ਮੈਨੂੰ ਖੁਸ਼ੀਆਂ ਮਿਲ ਗਈਆਂ, ਪਰ ਮਨ ਦੀ ਸੰਤੁਸ਼ਟੀ ਤਾਂ ਨਹੀਂ ਮਿਲੀ ਨਾ। ਕਿ ਜਦੋਂ ਮਨ ਦੀ ਸੰਤੁਸ਼ਟੀ ਮਿਲਦੀ ਹੈ ਤਾਂ ਖੁਸ਼ੀਆਂ ਤਾਂ ਉਹਦੇ ਮਗਰ ਮਗਰ ਹੀ ਆ ਜਾਂਦੀਆਂ ਨੇ। ਜਿਵੇਂ ਮੂਵੀ ਜਾਂ ਪਾਰਟੀ ਨੂੰ ਇਗਨੋਰ ਕਰਕੇ ਜੇ ਕੋਈ ਬੰਦਾ ਪ੍ਰੋਜੈਕਟ ਜਾਂ ਕੰਮ ਕੰਪਲੀਟ ਕਰਨ ਦੀ ਥਾਨ ਲਵੇ ਤੇ ਬਹੁਤ ਮਿਹਨਤ ਤੋਂ ਬਾਅਦ ਉਹ ਕੰਮ ਪੂਰਾ ਵੀ ਕਰ ਲਵੇ, ਫਿਰ ਜੋ ਸੈਟੀਸਫੈਕਸ਼ਨ ਮਿਲਦੀ ਹੈ ਨਾ ਉਹ ਗੇੜੀਆਂ ਲਾਉਣ ਜਾਂ ਮੂਵੀ ਦੇਖਣ ਨਾਲ ਨਹੀਂ ਮਿਲਦੀ। ਇਸ ਲਈ ਤੁਹਾਨੂੰ ਆਪਣੇ ਕੰਮ ਕਰਨ ਦਾ ਮੋਟਿਵ ਚੇਂਜ ਕਰਨਾ, ਯਾਨੀ ਕਿ ਫਾਲਤੂ ਦੇ ਕੰਮ ਤੋਂ ਮਿਲੀ ਪਲ ਦੀ ਖੁਸ਼ੀ ਨੂੰ ਇਗਨੋਰ ਕਰਕੇ ਲੰਬੇ ਟਾਈਮ ਤੱਕ ਰਹਿਣ ਵਾਲੀ ਅਸਲ ਸੰਤੁਸ਼ਟੀ ਨੂੰ ਚੂਜ਼ ਕਰਨਾ। ਫੋਰਥ ਪੁਆਇੰਟ ਹੈ ਯੂ ਆਰ ਅ ਨੇਸ਼ਨ। ਮੰਨ ਲਓ ਤੁਸੀਂ ਇੱਕ ਦੇਸ਼ ਹੋ ਤੇ ਤੁਹਾਡੇ ਦੋਸਤ, ਫੈਮਿਲੀ, ਰਿਸ਼ਤੇਦਾਰ ਵਗੈਰਾ ਗੁਆਂਢੀ ਮੁਲਕ ਨੇ, ਤੁਸੀਂ ਆਪਣੇ ਦੇਸ਼ ਦੇ ਰਾਸ਼ਟਰਪਤੀ ਤੇ ਉਹ ਆਪਣੇ। ਜਦੋਂ ਤੱਕ ਰਿਲੇਸ਼ਨ ਵਧੀਆ ਤਾਂ ਵਪਾਰ ਚੱਲੇਗਾ ਤੇ ਜੇ ਕੋਈ ਮਤਭੇਦ ਹੋ ਗਿਆ ਤਾਂ ਵਪਾਰ ਬੰਦ, ਰਿਲੇਸ਼ਨਸ਼ਿਪ ਖਰਾਬ। ਹੁਣ ਤੁਹਾਡੇ ਸਿਧਾਂਤ ਤੇ ਤੁਹਾਡੇ ਅਸੂਲ, ਇਹ ਤੁਹਾਡੇ
आ के तुहाडे देश उपर राज करे। तुहानू अपने देश की मलकियत नू अपने कोल रखना। तुहाडे देश लई की चंगा ते की माड़ा इह तुसी खुद डिसाइड करना। फिफ्थ पॉइंट है एडमायर नैवर फॉलो। दुनिया च एदां दा कोई भी इंसान नहीं है जिहदे नाल तुसी या तां 100% एग्री करो या 100% डिसएग्री, ते ना ही दुनिया च एदां दा कोई इंसान है जिहदों तुसी कुछ सिख्या ना होवे। पर आपां चीजां नू सिंपल करन दे आदी हो गए, इसलिए आपां लोकां नू दो हिस्सिआं च डिवाइड कर दिंदे, चंगा ते माड़ा, हीरो ते विलन। पर असल च ना कोई पूरी तरह चंगा हुंदा ते ना ही कोई पूरी तरह माड़ा। जदों तुसी किसी नू अपना गुरु जां रोल मॉडल बनांदे हो तां तुसी मन लैंदे हो कि ओह इंसान बहुत वधिया है ते ओह कोई माड़ा काम कर ही नहीं सकदा, ते इदां ही तुसी उस नू कॉपी करना स्टार्ट कर दिंदे हो। ते इस कदर कॉपी करन च मशरूफ हो जांदे हो कि उहनां दीआं गलतियां नू वी इग्नोर कर दिंदे हो। ते जदों अपनी समझ खुलदी है तां आपां नू पता लगदा है कि कोई भी बंदा कोई भी अनएक्सपेक्टेड काम कर सकदा है, इसलिए आपां नू किसी भी इंसान नू ब्लाइंडली फॉलो नहीं करना चाहिदा। इस दी बजाय उहनां दीआं चंगीआं जिहड़ीआं क्वालिटीज़ ने सिर्फ उहनां चंगीआं स्किल्स नू फॉलो करो। ते लास्ट पॉइंट है लर्न हाउ टू थिंक। तुहानूं बथेरे लोकां ने कहा होणा कि लोकां तों वक्खरी सोच रखो, थिंक डिफरेंट, थिंक आउट ऑफ द बॉक्स, दिमाग चलाओ वगैरह वगैरह, पर कोई यही नहीं दसदा लोकां तों अलग सोचीदा किवें है। जदों बच्चिआं नूं कुछ जानना हुंदा है तां अपने वड्डिआं तों सवाल पुछदे ने, ते फिर वड्डे जो भी जवाब दिंदे ने बच्चे उही सच मानदे ने। सानूं पता हुंदा कि कदे कदे वड्डे भी गलत जवाब दे दिंदे ने, पर बच्चिआं नूं तां इनफॉर्मेशन दा पैकेट मिल जांदा ते ओह अपना दिमाग लगाउणा बंद कर दिंदे ने। हुण रिहा सवाल कि तुसीं सोचणा किवें, तां उहदा जवाब है सवाल करो। अच्छा, अजकल की है, काम होर सौखा हो गया। सानूं कुछ भी पता करना होवे तां एक क्लिक ते बाल्टी भर के इनफॉर्मेशन साडे कोल आ जांदी है। ते जे आपां एक जगह तों सैटिस्फाई ना होईए तां आपां किसी होर वैबसाइट ते इनफॉर्मेशन देख लैंदे हां, ते आपां नैट तों जो भी पढ़दे हां या जो सुणदे हां सानूं उही सच लगण लग जांदा है। हर चीज़ नूं डिटो कॉपी ना करो, जानकारी लो हर जगह तों, पर अपनी लोड़ मुताबिक उस जानकारी नूं अपनी लाइफ च ढालो। कुछ भी करन तों पहलां सोचो ते सवाल पुछो। इसे नूं कहंदे आ दिमाग चलाउणा। इस बुक दी लैंग्वेज दूजी बुक्स नालों थोड़ी जी रूड है, इसलिए ऑथर ने इस बुक दा नाम द रूडेस्ट बुक एवर रखिया। पर इस बुक च जो पॉइंट्स कवर किते गए ने ओह तुहानूं अपने आप लई स्टैंड करना सिखाउणगे। जे तुसीं इस चैनल ते नवे हो तां सबसक्राइब करके बैल आइकन नूं जरूर दबायो। थैंक यू फॉर वॉचिंग दिस वीडियो। सी यू नेक्स्ट टाइम।